ਜੁੜਾ ਬੋਵਰ ਸਵਾਗਤ ਹੈ ਆਪਾਂ ਦੇ ਚੈਨਲ ਦੇ ਉੱਤੇ ਡੇਲੀ ਤਰ੍ਹਾਂ ਸੁਣਨਾ ਅੱਜ ਵੀ ਕੁਝ ਪੀਵੀਆ ਟੈਨਲ ਸ਼ੇਅਰ ਕਰੂੰਗਾ ਜੋ ਕਿ ਸਪੌਸਰ ਲੋਪਮੈਂਟ ਦੇ ਨੇ ਤੇ ਐਲਐਮਆਈ ਦੀਆਂ ਤੇ ਵਿਜ਼ਟਰ ਵੀਜ਼ੇ ਦੀਆਂ ਐਪਲੀਕੇਸ਼ਨਸ ਹੈਗੀਆਂ ਨੇ ਉਹਨਾਂ ਦੀਆਂ ਪੀਪੀਆਰਸ ਆਪਾਂ ਨੂੰ ਦੇਖਣ ਨੂੰ ਮਿਲਿਆ ਨੇ ਗਿਆ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਨੇ ਮੈਂ ਤੁਹਾਡਾ ਸਪੌਸਰ ਲੋਪਮੈਂਟ ਦੀਆਂ ਜਿਹੜੀਆਂ ਪੀਪੀਆਰ ਸ਼ੇਅਰ ਕਰ ਦਣਾ ਹਾਂਜੀ ਜਿਹੜੀ ਫਰਸਟ ਐਪਲੀਕੇਸ਼ਨ ਹੈਗੀ ਆ ਇਹਨਾਂ ਦੀ ਪੀਪੀਆਰ ਡੇਟ ਹੈ 28 6 2022 ਦੇਖਣ ਨੂੰ ਮਿਲਦੀ ਆ ਫਾਈਲ ਲਾਂਚ ਹੁੰਦੀ ਹੈ ਇਹਨਾਂ ਦੀ 1 1 2022 ਨੂੰ ਬਾਇਓਮੈਟ੍ਰਿਕ 1 ਤੇ ਨੈਕਸਟ ਦੀ ਐਪਲੀਕੇਸ਼ਨ ਹੈਗੇ ਇਹਨਾਂ ਦੀ 12 ਨਵੰਬਰ 2021 ਨੂੰ ਫਾਈਲ ਲੱਗਦੀ ਹੈਗੀ 14 ਅਕਤੂਬਰ 2021 ਨੂੰ ਅਫਰੈਂਟ ਮੈਡੀਕਲ ਲੱਗਦਾ ਹੈ 21 ਦਸੰਬਰ 2021 ਨੂੰ ਬਾਇਓਮੈਟ੍ਰਿਕ ਹੁੰਦੇ ਨੇ 6 ਜਨ 2021 ਨੂੰ ਮੈਡੀਕਲ ਪਾਸ ਹੁੰਦਾ ਹੈ 5 ਫੈਬ ਨੂੰ ਬਾਇਓਮੈਟ੍ਰਿਕ ਅਪਡੇਟ ਹੁੰਦੇ ਨੇ 27 April ਨੂੰ ਰਿਵਿਊ ਸਟਾਰਟ ਹੁੰਦਾ ਹੈ ਤੇ 3 ਜੂਨ ਜਿਹੜਾ ਹੈਗਾ ਕੋਰਸਪੋਂਡਿੰਗ ਲੈਟਰ ਆਉਂਦਾ ਹੈ ਤੇ 28 ਜੂਨ ਨੂੰ ਜਿਹੜੀ ਹੈਗੀ ਇਹਨਾਂ ਦੀ ਇਹਨਾਂ ਨੂੰ ਪੀਪੀਰ ਜਿਹੜੀ ਉਹ ਦੇਖਣ ਨੂੰ ਮਿਲ ਜਾਂਦੀ ਆ ਤੇ ਨੈਕਸਟਲੀ ਐਪਲੀਕੇਸ਼ਨ ਹੈਗੀ ਹੈ 7 ਜੂਨ 2021 ਨੂੰ ਫਾਈਲ ਲੱਗਦੀ ਹੈ ਮੈਡੀਕਲ 21 ਜੁਲਾਈ 2021 ਨੂੰ ਹੁੰਦਾ ਹੈ ਬਾਇਓਮੈਟ੍ਰਿਕ ਹੈਗੇ ਨੇ 13 ਅਗਸਤ 2021 ਨੂੰ ਹੁੰਦੇ ਨੇ ਤੇ 27 ਜੂਨ ਨੂੰ ਜਿਹੜੀ ਹੈਗੀ ਹੈ ਇਹਨਾਂ ਨੂੰ ਇਹਨਾਂ ਦੀ ਪਾਸਪੋਰਟ ਹੈ ਦੀ ਰਿਕੁਐਸਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਜਾਂਦੀ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਜਿਹੜੇ ਸਟੈਂਡ ਦੇ ਉੱਤੇ ਜਿਹੜੇ ਹੈਗੇ ਨੇ ਆਪਾਂ ਨੂੰ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਚਾਹੇ ਉਹ ਕੋਈ ਵੀ ਕੈਟਾਗਰੀ ਹੋਵੇ ਇਸ ਤੋਂ ਬਾਅਦ ਛੋਟਾ ਨਾਲ ਕੁਝ ਐਲ ਐਮ ਆਈ ਦੀ ਜਿਹੜੇ ਰਿਜ਼ਲਟ ਸ਼ੇਅਰ ਕਰ ਦਿੰਨਾ ਜਿਹੜੀ ਪਹਿਲੀ ਫਾਈਲ ਹੈ 4 ਨਵੰਬਰ 2021 ਨੂੰ ਮੈਡੀਕਲ ਹੁੰਦਾ ਇਹਨਾਂ ਦਾ ਅਪਡੇਟ ਹੁੰਦਾ ਹੈ 7 ਮਾਰਚ 2022 ਨੂੰ ਤੇ 27 ਜੂਨ ਨੂੰ ਜਿਹੜੀ ਹੈਗੇ ਇਹਨਾਂ ਨੂੰ ਪੀਪੀਆਰ ਦੇਖਣ ਨੂੰ ਮਿਲ ਜਾਂਦੀ ਹੈ ਇਹਨਾਂ ਨੇ ਦੱਸਿਆ ਐਲਐਮਆਈ ਦਾ ਸਾਡਾ ਵੀਜ਼ਾ ਹੈ ਬਟ ਇਹਨਾਂ ਨੇ ਇਹ ਚੀਜ਼ ਨਹੀਂ ਕਲੀਅਰ ਕੀਤੀ ਹੈਗੀ ਕਿ ਕਿਸ ਬੇਸਿਸ ਦੇ ਉੱਤੇ ਹੈਗਾ ਮਤਲਬ ਕਿ ਕਿਹੜਾ ਇਹਨਾਂ ਦਾ ਨੋਕੋਡ ਹੈਗਾ ਤੇ ਨੈਕਸਟ ਦੀ ਐਪਲੀਕੇਸ਼ਨ ਹੈਗੀ ਇਹਨਾਂ ਦੀ ਫਾਈਲ ਅਕਦੀ ਹੈ 26 ਜਨ 2021 ਨੂੰ ਬਾਇਓਮੈਟ੍ਰਿਕ ਹੁੰਦੇ ਨੇ 4 ਫੈਬ 2021 ਨੂੰ ਮੈਡੀਕਲ ਦੀ ਰਿਕੁਐਸਟ ਹੁੰਦੀ ਹੈ 4 ਜੂਨ 2022 ਨੂੰ ਮੈਡੀਕਲ ਅਪਡੇਟ ਹੁੰਦਾ ਹੈ 23 ਜੂਨ 2022 ਤੇ ਇਹਨਾਂ ਨੇ ਵੀ ਜਿਹੜਾ ਹੈਗਾ ਨੌਕਾਊਟ ਨਹੀਂ ਦੱਸਿਆ ਪਰ ਟੈਨੰਨ ਨੂੰ ਵੀ ਇਹਨਾਂ ਦੀ ਪੀਪੀਆਰ ਦੀ ਜਿਹੜੀ ਦੇਖਣ ਨੂੰ ਮਿਲ ਚੁੱਕੀ ਹੈ ਤੇ ਨੈਕਸਟ ਜਿਹੜਾ ਰਿਜ਼ਲਟ ਆ ਗਿਆ ਇਹ ਆਪਣੇ ਗਰੁੱਪ ਦੇ ਵਿੱਚ ਆਇਆ ਸੀਗਾ ਇਹਨਾਂ ਨੇ ਆਪਦੇ ਜਿਹੜਾ ਹੈਗਾ ਦੱਸਿਆਗਾ ਕਾਰਪੇਂਟਰ ਦੀ ਜਿਹੜੀ ਇਹਨਾਂ ਦੀ ਜੌਬ ਹੈਗੀ ਸੀਗੀ ਤੇ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ 4 ਜੂਨ 2021 ਨੂੰ ਲੱਗਦੀ ਹੈਗੀ ਮੈਡੀਕਲ ਇਹਨਾਂ ਦਾ 21 ਜੁਲਾਈ 2021 ਨੂੰ ਹੁੰਦਾ ਹੈ ਬਾਇਓਮੈਟ੍ਰਿਕ ਜਿਹੜੇ 28 ਅਗਸਤ 2021 ਨੂੰ ਹੁੰਦੇ ਨੇ ਪੀਪੀਆਰ 24 ਜੂਨ 2022 ਨੂੰ ਜਿਹੜੀ ਦੇਖਣ ਨੂੰ ਮਿਲ ਜਾਂਦੀ ਹੈ ਤਦ ਤੁਸੀਂ ਦੇਖ ਸਕਦੇ ਹੋ ਕਿ ਐਲਐਮਆਈ ਇਹਦੇ ਵੀ ਬਹੁਤ ਵਧੀਆ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਨੇਗੇ ਬਹੁਤ ਸਾਰੇ ਵੀਰਾਂ ਨੂੰ ਜਿਹੜੇ ਰਿਜ਼ਲਟ ਮਿਲਣੇ ਸ਼ੁਰੂ ਹੋ ਚੁੱਕੇ ਨੇ ਜੋ ਕਿ ਆਪਦੇ ਰਿਜ਼ਲਟ ਦੀ ਜਿਹੜੀ ਵੇਟ ਕਰ ਰਹੇ ਸੀਗੇ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਇਹ ਇੱਕ ਲਾਸਟ ਐਪਲੀਕੇਸ਼ਨ ਹੈ ਇਹ ਆਪਣੇ ਲਈ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਆਈ ਸੀਗੀ ਇਹਦੀ ਫਾਈਲ ਲੱਗਦੀ ਹੈ 19 ਜਨ 2022 ਨੂੰ ਬਾਇਓਮੈਟ੍ਰਿਕ ਡੇਟ ਹੈਗੀ ਇਹਨਾਂ ਦੀ 27 ਜਨ 2022 ਤੇ ਪਾਸਪੋਰਟ ਦੀ ਰਿਕਵੈਸਟ ਆਉਂਦੀ ਹੈ ਇਹਨਾਂ ਨੂੰ 28 ਜੂਨ 2022 ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਕੈਟਾਗਰੀ ਦੇ ਰਿਜ਼ਲਟ ਨੇ ਜਿਹੜ ਦੇਖੂਗਾ ਜੇ ਤੁਸੀਂ ਆਪਣੀ ਫਾਈਲ ਲਾਂਚ ਕਰੋਨਾ ਤੇ ਹਰ ਕੈਟਾਗਰੀ ਦੇ ਜਿਹੜਾ ਹੈਗਾ ਪ੍ਰੋਸੈਸਿੰਗ ਟਾਈਮ ਵੀ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਸਮਝਾ ਚੁੱਕਿਆਗਾ ਕਿ ਇਸ ਤਰ੍ਹਾਂ ਪ੍ਰੋਸੈਸਿੰਗ ਟਾਈਮ ਜਿਹੜਾ ਵਰਕ ਕਰਦਾਗਾ ਤੁਸੀਂ ਲਾਸਟ ਵੀਡੀਓ ਜਾ ਕੇ ਦੇਖੋ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਸਦੇ ਬਾਰੇ ਪਤਾ ਚੱਲ ਜੂਗੀ ਤਾਂ ਸੋਟਣਾ ਇਹੀ ਕੁਝ ਵੀ ਬਟਨ ਆਨਲਾਈਨ ਸ਼ੇਅਰ ਕਰ ਰਹੇ ਸੀ ਗਿਆ ਜੇਕਰ ਤੁਹਾਨੂੰ ਵੀਡੀਓ ਦੇ ਲਈ ਕਿਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਓਕੇ ਜੀ ਥੈਂਕ ਯੂ